ਜੇਲ੍ਹ ਡਿਪਾਰਟਮੈਂਟ ਪਟੀਸ਼ਨਰ ਨਹੀਂ ਸੀਗਾ, ਰਿਸਪੋਂਡੈਂਟ ਸੀਗਾ। ਸੁਪਰੀਮ ਕੋਰਟ 'ਚੋਂ ਸਰਕਾਰ ਗਈ, ਉਹਨਾਂ ਨੇ ਰਿਸਪੋਂਡੈਂਟ ਜੇਲ੍ਹ ਡਿਪਾਰਟਮੈਂਟ ਨੂੰ ਬਣਾਇਆ ਔਰ 8/1/2021 ਨੂੰ ਐਡਵੋਕੇਟ ਜਨਰਲ ਨੇ ਡਿਪਾਰਟਮੈਂਟ ਨੂੰ ਲਿਖਿਆ ਕਿ ਤੁਹਾਨੂੰ ਉੱਥੇ ਰਿਸਪੋਂਡੈਂਟ ਬਣਾਇਆ ਗਿਆ ਅਤੇ ਤੁਹਾਨੂੰ ਉੱਥੇ ਪੇਸ਼ ਹੋਣਾ ਪਏਗਾ। ਫਿਰ 30/1/2021 ਨੂੰ ਚੀਫ ਮਿਨਿਸਟਰ ਐਡਵੋਕੇਟ ਜਨਰਲ ਨੇ ਰਿਕਮੈਂਡ ਕੀਤਾ ਚੀਫ ਮਿਨਿਸਟਰ ਨੂੰ ਕਿ ਜਿਹੜੀ ਦਸ਼ਾਂਤ ਦਵੇ ਦੀ ਅਪੁਆਇੰਟਮੈਂਟ ਆ ਉਹਨੂੰ ਅਸੀਂ ਕਰਦੇ ਹਾਂ A1 ਦੇ ਨਾਲ, ਤੁਹਾਨੂੰ ਮੈਂ ਕਾਪੀ ਬਾਅਦ 'ਚ ਦੇ ਦਾਂ। ਗਵਰਮੈਂਟ ਦੀ ਰਿਕਮੈਂਡੇਸ਼ਨ ਹੈ ਜਾਂ ਫੀਸ ਇਹਨਾਂ ਕੋਲ ਜਦੋਂ ਜੱਜਾਂ ਵਕੀਲਾਂ ਕੋਲ ਲਈ ਦੀ ਆ ਤਾਂ ਉਹ ਆਪਣੇ ਫੀਸ ਲਿਖੇ ਪਾਉਂਦੇ ਨੇ। ਉਹਦੇ 'ਚ 3,30,000 ਰੁਪਇਆ ਦਵੇ ਦੇ ਨਾਲ ਫੀਸ ਜਿਹੜੀ ਆ ਉਹ ਗਵਰਮੈਂਟ ਨੇ ਕੀਤੀ ਸੀ। ਬਿੱਲ ਕੋਈ ਜਿੰਨਾ ਮਰਜ਼ੀ ਦੇ ਦੇ, ਪਰ ਉਹਦੇ ਉੱਤੇ ਬਿੱਲ ਜਿੰਨਾ ਮਰਜ਼ੀ ਕੋਈ ਦੇ ਦੇ, ਬਿੱਲ ਦੇ ਉੱਪਰ ਪੈਸੇ ਨਹੀਂ ਜਾਂਦੇ। ਜੋ ਗੌਰਮੈਂਟ ਨੇ ਫਿਕਸ ਕੀਤੀ ਹੁੰਦੀ ਆ ਉਹੀ ਫੀਸ ਦਿੱਤੀ ਜਾਂਦੀ। ਉਹ ਪਹਿਲੀ ਗੱਲ ਚੀਫ ਮਿਨਿਸਟਰ ਦੀ ਝੂਠੀ ਆ ਕਿ 55 ਲੱਖ ਨਹੀਂ। ਮੇਰਾ ਖਿਆਲ ਹੈ ਕਿ ਇਹਨੇ ਚੀਫ ਮਿਨਿਸਟਰ ਨੇ 55 ਲੱਖ 'ਤੇ ਸਾਈਨ ਕਰਕੇ ਉਹਨੂੰ ਫੀਸ ਭੇਜ ਦਿੱਤੀ ਆ, ਮੈਨੂੰ ਇਹ ਲੱਗ ਰਿਹਾ। ਤਾਂ ਉਹ ਐਕਚੁਲੀ ਫੀਸ ਵਰਤਦੀ ਆ 17,60,000 ਉਹਦੀ। ਇਹ ਸਭ ਤੋਂ ਵੱਡਾ ਇਹਦਾ ਪਹਿਲਾ ਝੂਠ। ਦੂਸਰੀ ਚੀਜ਼ ਕਿ ਉਹਦੇ ਬਾਅਦ 7/1/2022 ਨੂੰ ਮੀਟਿੰਗ ਹੁੰਦੀ ਆ AG ਪੰਜਾਬ, ACS ਹੋਮ, ACS ਫਾਈਨਾਂਸ, ACS ਜੇਲ੍ਹ ਐਂਡ ADGP ਜੇਲ੍ਹ, ਉਹਨਾਂ ਨੇ ਆਪਣੇ ਲੈਵਲ 'ਤੇ ਮੀਟਿੰਗ ਕੀਤੀ। ਉਹਦੇ ਬਾਅਦ ਉਹਨਾਂ ਨੇ ਇਹਦੇ 'ਚ ਜੇਲ੍ਹ ਮਿਨਿਸਟਰ ਦਾ ਕਦੀ ਰੋਲ ਹੀ ਨਹੀਂ ਆਇਆ। ਜੇਲ੍ਹ ਮਿਨਿਸਟਰ ਨੂੰ ਕਦੀ ਜਿਹੜੇ ਡਿਪਾਰਟਮੈਂਟ ਹੁੰਦੇ ਆ ਉਹਨੂੰ AG ਲਿਖ ਕੇ ਭੇਜਦਾ ਡਿਫੈਂਡ ਕਰਨ ਲਈ ਕਿ ਤੁਹਾਡੇ ਡਿਪਾਰਟਮੈਂਟ ਦਾ ਕੇਸ ਆਇਆ, ਅਤੇ ਉਹ ਚੀਫ ਮਿਨਿਸਟਰ ਕੋਲ ਫਾਈਲ ਚਲੀ ਜਾਂਦੀ ਹੈ ਜਿਹੜਾ ਵਕੀਲ ਇੰਗੇਜ ਕਰਨੇ ਹੁੰਦੇ ਆ। ਦੂਸਰੀ ਚੀਜ਼ ਉਹਦੇ 'ਚ ਆ ਗਈ ਤਾਂ ਕਈ ਕਹਿੰਦਾ ਜੀ ਟ੍ਰਾਂਸਫਰ ਦੀ ਜਿਹੜੀ ਗੱਲ ਹੈ ਕਿ ਉਸ ਵੇਲੇ ਜੇਲ੍ਹਾਂ 'ਚ ਰਿਹਾ। ਟ੍ਰਾਂਸਫਰ ਹੋਣਾ ਜੇ ਕੋਈ ਬਾਹਰਲੀ ਸਟੇਟ ਵਾਲਾ ਭੇਜਦਾ, ਮੈਂ ਆਪਣੇ ਟਾਈਮ 'ਚ 27/11/2018 ਨੂੰ ਇੱਕ ਸਟੈਂਡਿੰਗ ਆਰਡਰ ਕੱਢ ਦਿੱਤੇ ਸੀ ਕਿ ਕੋਈ ਮਿਨਿਸਟਰ ਜਿਹੜਾ ਉਹ ਆਪ ਨਹੀਂ ਡਿਸਾਈਡ ਕਰੇਗਾ, ਉਹਨੂੰ ਇਹ ਅਡੀਸ਼ਨਲ ਚੀਫ ਸੈਕਟਰੀ ਜੇਲ੍ਹ ਉਹ ਆਪਣੇ ਲੈਵਲ 'ਤੇ ਦੇਖੇਗਾ ਕਿ ਜਿਹੜੀਆਂ ਕੋਈ ਟੋਂਦੀਆਂ ਨੇ ਉਹਨਾਂ ਨੂੰ ਉਹਨੇ ਕਿਵੇਂ ਡੀਲ ਕਰਨਾ। ਕਿਉਂਕਿ ਪੋਲੀਟੀਕਲ ਆਦਮੀ ਕਿਤੇ ਵੀ ਕਿਸੇ ਗਲਤ ਕਿਸੇ ਦੀ ਕਰ ਸਕਦਾ ਕਿ ਆਫਿਸਰ ਜਿਹੜੇ ਠੀਕ ਕਰਦੇ ਨੇ। ਇਹਦੇ ਬਾਅਦ ਜੇ ਕੋਈ ਆਈ ਗੱਲ, ਪਹਿਲੀ ਗੱਲ ਤਾਂ ਜੇਲ੍ਹ ਮਿਨਿਸਟਰ ਦਾ ਕੰਮ ਹੀ ਨਹੀਂ ਗਾ, ਇਹ ਆਪ ਜੇਲ੍ਹ ਮਿਨਿਸਟਰ ਆ ਭਗਵੰਤ ਮਾਨ, ਇਹਨੂੰ ਪਤਾ ਕਿ ਜੇਲ੍ਹ ਡਿਪਾਰਟਮੈਂਟ ਕਸਟੋਡੀਅਨ ਹੁੰਦਾ, ਉਹਦੇ ਵਿੱਚ ਕੋਰਟ ਵੱਲੋਂ ਬੰਦਾ ਜੇਲ੍ਹ 'ਚ ਜਾਂਦਾ ਅਤੇ ਕੋਰਟ ਵੱਲੋਂ ਹੀ ਬਾਹਰ ਨਿਕਲਦਾ, ਨਾ ਕਿ ਭਗਵੰਤ ਮਾਨ ਵਾਂਗੂ ਕਿ ਰਾਤ ਨੂੰ ਕੋਈ ਆਰਡਰ ਕਰ ਦਿਉ, ਟਵੀਟ ਕਰ ਦਿਉ ਅਤੇ ਸਵੇਰੇ ਉੱਠ ਕੇ ਜਦੋਂ ਲੱਥ ਜਾਂਦੀ ਆ ਉਦੋਂ ਕੋਈ ਹੋਰ ਟਵੀਟ ਕਰ ਦਿਉ। ਮੈਂ ਇਹਦੇ ਦੱਸ ਦੇਣਾ ਚਾਹੁੰਦਾ ਕਿ ਇਹਦੀ ਜਿਹੜੀ FIR ਹੋਈ ਸੀ ਉਹਦਾ ਸਭ ਤੋਂ ਜਿਹੜਾ ਮੇਨ ਆਦਮੀ ਆ ਉਹ ਅਮੰਗ ਜਿੰਦਲ ਆ। ਮੇਰਾ ਖਿਆਲ ਜਿਹਨੇ CM ਦੀ ਕੋਠੀ ਦੀ ਰੈਨੋਵੇਸ਼ਨ ਵੀ ਕੀਤੀ ਆ ਉਹੋ ਹੀ ਆ, ਅਤੇ ਉਸ ਟਾਈਮ ਦਾ SSP ਉਹ ਦੱਸ ਸਕਦੇ ਨੇ ਕਿ ਇਹ ਕੇਸ ਕਰਕੇ ਲਿਆਂਦਾ, ਅਤੇ ਉਸ ਟਾਈਮ ਦੇ SSP ਨੇ ਇਹਨੂੰ ਇੰਟਰੋਗੇਟ ਵੀ ਕੀਤਾ ਹੋਇਆ। ਉਸ ਟਾਈਮ ਦੀ ਕੋਰਟ ਨੇ ਇਹਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜ ਦਿੱਤਾ, ਅਤੇ ਇੱਥੇ ਜੇਲ੍ਹ ਡਿਪਾਰਟਮੈਂਟ ਕਿੱਥੋਂ ਆ ਗਿਆ ਜੀ? ਦੂਸਰਾ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਕਿ ਜੀ ਇਹਨਾਂ ਨੇ ਬਿੱਲ ਦੇ ਦਿੱਤੇ ਕਿ ਇਹਨਾਂ ਕੋਲੋਂ ਰਿਕਵਰ ਕਰ, ਜਿਹੜਾ ਅੱਜ ਤੱਕ ਪੇਮੈਂਟ ਨਹੀਂ ਹੋਈ ਸਾਡੀ ਗੌਰਮੈਂਟ ਨੇ, ਮੈਂ ਜਿਸ ਵੇਲੇ ਬਣਿਆ ਮੈਂ ਵੀ ਇਹਦੀ ਪੇਮੈਂਟ ਨਹੀਂ ਕੀਤੀ, ਮੈਂ ਵਾਪਸ ਭੇਜ ਦਿੱਤੀ ਫਾਈਲ। ਜਿਸ ਚੀਜ਼ ਦੀ ਪੇਮੈਂਟ ਨਹੀਂ ਹੋਈ,
ਜਿਸ ਤਰੀਕ ਦੇ ਜਿਸ ਆਦਮੀ ਦੇ ਪੈਸੇ ਉਹਨੂੰ ਅਜੇ ਤੱਕ ਗਏ ਨਹੀਂ ਅਤੇ ਰਿਕਵਰੀ ਕਿਸ ਗੱਲ ਦੀ ਜੀ? ਅਤੇ ਜੇ ਮੈਂ ਨਾਲ ਹੀ ਚੀਫ ਮਿਨਿਸਟਰ ਪੁੱਛਣਾ ਚਾਹੁੰਦਾ ਕਿ ਵਿਕਰਮ ਜੀਠੀ ਦਾ ਕੇਸ 'ਚ ਇਹਨੇ ਹੁਣ ਵੀ ਗਿਰੀ ਐਡਵੋਕੇਟ ਨੂੰ ਅਪੁਆਇੰਟ ਕੀਤਾ, ਅਜੇ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਆਪਣਾ ਐਡਵੋਕੇਟ ਵੀ ਬੈਠਾ, ਐਡਵੋਕੇਟ ਜਨਰਲ ਬੈਠਾ, ਉਹ ਨਹੀਂ ਪੇਸ਼ ਹੋ ਰਿਹਾ, ਵੀ ਗਿਰੀ ਕੀਤਾ। ਅਤੇ ਇਹ ਤਾਂ ਡਿਪਾਰਟਮੈਂਟ ਨੇ ਦੇਖਣਾ ਕਿ ਤੁਸੀਂ ਏ ਜੀ ਜਾਂ ਏ ਜੀ ਨੇ ਦੇਖਣਾ